ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਮਿੱਤਰ ਹੈਗਾ ਅਤੇ ਮੈਂ ਪੰਡੋਰੀ ਨਿਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੇ ਨਹੀਂ ਬਣ ਸਕਦੇ। ਹਰਫ ਅਰਬੀ ਦਾ ਹੈਗਾ ਹਰਫ ਅੱਲਾ। ਅੱਲਾ ਹਰਫ ਦੋ ਹਰਫਾਂ ਤੋਂ ਬਣਿਆ, ਅਲ ਇਲਾ। ਅਲ ਮੈਨਾ ਦੀ ਅਤੇ ਅੱਲਾ ਇਲਾ ਮੈਨਾ ਕਬੀਲੇ ਦਾ ਪਿਓ। ਉੱਥੇ ਕਾਬਾ ਹੁੰਦੇ ਸੀਗੇ। ਕਾਬਾ ਹੈਗਾ ਜਿਹੜਾ ਹੈਗਾ ਸ਼ਿਵ ਦਾ ਮੰਦਰ ਹੈਗਾ, ਆਦਮ ਦਾ ਮੰਦਰ ਹੈਗਾ। ਇਹ ਜਿਹੜੇ ਮੁਹੰਮਦਨ ਹੈਗੇ ਜਾਣਦੇ ਵੀ ਉਹ ਕਾਬਾ ਆਦਮ ਦਾ ਮੰਦਰ ਹੈਗਾ। ਉੱਥੇ ਅੱਲਾ ਦਾ ਕੋਈ ਤੁਰਲਕ ਨਹੀਂ ਹੈਗਾ। ਅੱਲਾ ਦੀ ਇੱਕ ਮਸੀਤ ਹੈਗੀ ਉੱਥੇ, ਜਿਹਦਾ ਨਾਂ ਹੈਗਾ ਅਲ ਮਸਜਿਦ ਅਲ ਹਰਾਮ। ਉਹ ਅਲ ਹਰਾਮ ਇਸ ਕਰਕੇ ਨਾਂ ਹੈਗਾ, ਅਲ ਹਰਾਮ ਹੈ ਨਾ ਹਾਈਲੀ ਫੋਰਬਿਡਨ, ਉੱਥੇ ਨਹੀਂ ਜਾ ਸਕਦਾ ਕੋਈ। ਇਹ ਹੈਗਾ ਇਹ ਹਜ ਜਿਹੜਾ ਹੈਗਾ ਸੈਰੀਮਨੀ ਹੈਗੀ, ਇਹ ਬੱਚਿਆਂ ਲਈ ਹੈਗੀ, 12 ਤੋਂ 16 ਸਾਲ ਦੇ ਮੁੰਡਿਆਂ ਲਈ, ਕੁੜੀਆਂ ਅਤੇ ਜਨਾਨੀਆਂ ਇਹਨਾਂ ਲਈ ਨਹੀਂ ਹੈਗੀ। ਉਹ ਉਹਨਾਂ ਨੂੰ ਆਪਣੇ ਕਬੀਲੇ ਦਾ ਪਿਓ ਬਣਾਉਣ ਲਈ। ਅਤੇ ਜਦੋਂ ਹਜ ਜਾਂਦੇ ਸੀਗੇ ਉਦੋਂ ਕਾਬਾ ਨੂੰ ਸੱਜੇ ਹੱਥ ਰੱਖ ਕੇ ਤਾਂ ਪਰਿਕਰਮਾ ਕਰਦੇ ਸੱਤ ਵੇਲੇ। ਇਹ ਹੈਗੀ ਬਾ ਇਲਾ ਦੀ, ਵੀ ਅਸੀਂ ਆਪਣੇ ਕਬੀਲੇ ਦਾ ਪਿਓ ਕਬੂਲ ਕੀਤਾ। ਅਤੇ ਹੁਣ ਜਾਂਦੇ ਨੇ ਉਹ ਖੱਬੇ ਹੱਥ ਰੱਖ ਕੇ ਕਰਕੇ ਆਉਂਦੇ ਨੇ, ਕਾਬੇ ਨੂੰ ਖੱਬੇ ਹੱਥ ਰੱਖ ਕੇ। ਖੱਬੇ ਹੱਥ ਰੱਖਣ ਦਾ ਮਤਲਬ ਵੀ ਜੀ ਛੱਡ ਦਿੱਤਾ, ਲਾ ਇਲਾ। ਜਦੋਂ ਛੱਡ ਦਿੱਤਾ ਤੇ ਅੱਲਾ ਜਿਹੜਾ ਹੈਗਾ ਤਾਂ ਅਲ ਇਲਾ ਤੂੰ ਹੈਗਾ। ਜੇ ਇਲਾ ਹੀ ਹੈ ਨੀਗਾ ਤੇ ਅੱਲਾ ਕਿੱਧਰੋਂ ਆ ਜਾਏਗਾ? ਜੇ ਕੱਚੀ ਇੱਟ ਹੀ ਹੈ ਨੀ ਤੇ ਪੱਕੀ ਇੱਟ ਕਿੱਧਰੋਂ ਬਣਾ ਲਓਗੇ? ਜਿੱਦਾਂ ਜੇ ਤੁਸੀਂ ਆਪਣੇ ਕਬੀਲੇ ਦੇ ਪਿਓ ਦੇ ਨਹੀਂ ਬਣਦੇ, ਆਦਮੀ ਦੇ ਪੁੱਤਰ ਨਹੀਂ ਬਣਦੇ, ਉਹਨਾਂ ਚਿਰ ਤੁਸੀਂ ਅੱਲਾ ਦੇ ਪੁੱਤਰ ਨਹੀਂ ਬਣ ਸਕਦੇ। ਅੱਲਾ ਦਾ ਪੁੱਤਰ ਜਿਹੜਾ ਹੁੰਦਾ ਨੂਰ ਹੈਗਾ ਅੱਲਾ ਦਾ। ਅੱਲਾ ਜਿਹੜਾ ਹੈਗਾ ਉਹਦੀ ਤੀਵੀਂ ਤੂਵੀਂ ਕੋਈ ਨਹੀਂ ਹੈਗੀ। ਜਿੱਦਾਂ ਇਹ ਕਹਿੰਦੇ ਵੀ ਤੀਵੀਂ ਬਿਨਾਂ ਕਿੱਦਾਂ ਬੱਚਾ ਪੈਦਾ ਹੋਜੂ? ਜਿਹੜੀਆਂ ਚੀਜ਼ ਸਪਿਰਚੁਅਲ 'ਤੇ ਲੱਗਦੀ ਉਲਟ ਲੱਗਦੀ ਹੈਗੀ। ਹੁਣ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਇਹ ਅਕਾਲ ਪੁਰਖ ਦਾ ਖੁਦ ਰੂਪ ਸਨ ਅਤੇ ਇਹਨਾਂ ਦੀ ਸੀਵੀ ਤੀਵੀਂ ਮਹਾਂਦੇਵਨ ਉਹ ਸੀਗੀ ਹੋਲੀ ਸਪਿਰਿਟ। ਉਹ ਵੀ ਨਿਆਰੀ ਸੀਗੀ, ਇਹ ਵੀ ਨਿਆਰੇ, ਕਿਉਂ ਇਹਦੇ 'ਚ ਹੁੰਦਾ ਅੱਲਾ ਦੇ ਵਿੱਚ ਆਦਮੀ ਨਿਆਰਾ ਹੁੰਦਾ ਹੈਗਾ। ਹਰ ਇੱਕ ਅੱਲਾ ਹਰ ਇੱਕ ਨੂੰ ਨਿਆਰਾ ਬਣਾਉਂਦਾ ਹੈਗਾ, ਉਹਦੇ ਇਲਮ ਨਾਲ ਤੁਸੀਂ ਨਿਆਰੇ ਬਣਦੇ ਆ ਸੋਲੀਟਰੀ। ਜੇ ਤੁਹਾਨੂੰ ਉਹਦਾ ਗਿਆਨ ਹੀ ਹੈਗਾ ਤਾਂ ਤੁਸੀਂ ਨਿਆਰੇ ਨਹੀਂ ਬਣ ਸਕਦੇ। ਜੇ ਲੋਕ ਦੂਏ ਪਾਸੇ ਨੂੰ ਤੁਰੇ ਜਾਂਦੇ ਨੇ, ਤੁਹਾਨੂੰ ਅੱਲਾ ਦਾ ਅੱਲਾ ਦੀ ਖਬਰ ਹੈਗੀ, ਤੁਸੀਂ ਨਿਆਰੇ ਹੋਵੋਗੇ। ਜੇ ਤਾਂ ਸ਼ਾਹ ਸ਼ਮਤ ਬਰੇਜ ਸੀਗਾ, ਨਿਆਰਾ ਸੀਗਾ ਉਹ। ਸਾਰੀ ਦੁਨੀਆ ਦੂਏ ਪਾਸੇ ਮੁੱਲਾ ਦੇ ਤੁਰੀ ਫਿਰਦੀ ਸੀਗੀ, ਉਹਨੂੰ ਕਿੱਦਾਂ ਉਹਨਾਂ ਦੇ ਤਸੀਹੇ ਦਿੱਤੇ, ਉਹਦੀ ਛੇਲਾ ਦਿੱਤੀ ਸੀਗੀ। ਅਤੇ ਜਿਹੜਾ ਅਸਲੀ ਇਸਲਾਮ ਹੈਗਾ ਉਹ ਹੋਰ ਹੈਗਾ, ਇਹ ਨਕਲੀ ਇਸਲਾਮ ਹੈਗਾ ਚੰਦ ਤਾਰੇ ਦਾ। ਅਸਲ ਜਿਹੜਾ ਅੱਲਾ ਜਿਹੜਾ ਹੈਗਾ ਸੂਰਜ ਹੈਗਾ, ਪ੍ਰਾਇਮਰੀ ਸੋਰਸ ਆਫ ਲਾਈਟ। ਇਹ ਚੰਦ ਤਾਰਾ ਤਾਂ ਸੈਕੰਡਰੀ ਹੈਗੀ, ਚੰਦ ਤਾਰਾ ਤਾਂ ਆ ਹੈਗਾ ਇਹਦੇ ਲੱਗਦੀ ਹੈਗੀ ਸ਼ਰੀਆ। ਅੱਲਾ ਦੇ ਤਾਂ ਸ਼ਰੀਆ ਨਹੀਂ ਲੱਗਦੀ, ਕਿਉਂ? ਅੱਲਾ ਸੂਰਜ ਹੈਗਾ। ਅੱਲਾ ਆਪ ਵੀ ਆਜ਼ਾਦ ਹੈਗਾ, ਦੂਜਿਆਂ ਨੂੰ ਵੀ ਆਜ਼ਾਦ ਕਰਦਾ। ਜੇ ਤੁਸੀਂ ਉਹਦੇ ਪੁੱਤਰ ਬਣੋਗੇ, ਪੁੱਤਰ ਉਹਦੇ ਬਣੋਗੇ, ਜਦੋਂ ਅੱਲਾ ਦਾ ਨੂਰ ਤੁਸੀਂ ਲੋਕਾਂ ਨੂੰ ਦੱਸੋਗੇ। ਅੱਲਾ ਨੂਰ ਹੈਗਾ, ਜਿਹੜਾ ਵੀ ਉਹਦੇ ਨੂਰ 'ਤੇ ਚਮਕਾਰਾ ਪਾਉਂਦਾ ਹੈਗਾ, ਲਿਸ਼ਕਾਰਾ ਪਾਉਂਦਾ ਹੈਗਾ, ਉਹੀ ਉਹਦਾ ਪੁੱਤਰ ਹੈਗਾ, ਨਿਸ਼ਾਨ ਹੈਗਾ ਉਹਦਾ। ਸ਼ੈਤਾਨ ਨਹੀਂ ਹੋ ਸਕਦਾ ਨਿਸ਼ਾਨ, ਸ਼ੈਤਾਨ ਨੇ ਤਾਂ ਅੰਧੇਰਾ ਕਰਨਾ ਹੈਗਾ, ਲੋਕਾਂ ਨੂੰ ਪਤਾ ਹੀ ਨਾ ਲੱਗੇ ਅੱਲਾ ਦਾ। ਅਤੇ ਇਸ ਕਰਕੇ ਹਰਫ ਜਿਹੜਾ ਅੱਲਾ ਹੈਗਾ ਉਹ ਇਲਾ ਤੋਂ ਬਣਿਆ ਹੈਗਾ। ਉੱਥੇ ਕਾਬਾ 365 ਇਲਾ ਹੁੰਦੇ ਸੀਗੇ ਹਰ ਇੱਕ ਕਬੀਲੇ ਦੇ। ਅਤੇ ਜਿੰਨਾ ਚਿਰ ਤੁਸੀਂ ਉਸ ਇਲਾ ਦੇ ਨਹੀਂ ਬਣਦੇ, ਉਨਾ ਚਿਰ ਤੁਸੀਂ ਅੱਲਾ ਦੇ ਨਹੀਂ ਬਣ ਸਕਦੇ। ਅਲ ਇਲਾ ਦੀ ਦੀ ਫਾਦਰ, ਪਹਿਲਾਂ ਤੁਸੀਂ ਕੱਚੇ ਪਿਓ ਦਾ ਬਣੋ ਇਲਾ ਦੇ, ਫਿਰ ਅੱਲਾ ਦੇ ਬਣੋਗੇ। ਯਾਨੀ ਜਿਹੜਾ ਅਸਲੀ ਇਸਲਾਮ ਹੈਗਾ ਉਹ ਹੈਗਾ ਬਾ ਇਲਾ
ਬਾ ਅੱਲਾ ਜਿਹੜਾ ਸ਼ੈਤਾਨ ਦਾ ਹੈਗਾ ਜਿਹਦੇ ਚੋਂ ਮੁਸਲਮਾਨ ਬਣਾਉਂਦੇ ਜਿਸਮ ਦਾ ਰੂਹ ਦਾ ਨਹੀਂ, ਜਿਹੜਾ ਮੁਸਲਮਾਨ ਹੁੰਦਾ ਰੂਹ ਦਾ ਹੁੰਦਾ ਹੈਗਾ, ਜਿਸਮ ਦਾ ਮੈਂ ਜੱਟ ਹੈਗਾ। ਇੱਦਾਂ ਸਾਡੇ ਪਾਕਿਸਤਾਨ ਵਿੱਚ ਹੈਗੇ ਉਹ ਜੱਟ ਹੈਗੇ ਜਿਸਮ ਦੇ, ਮੁਸਲਮਾਨ ਨਹੀਂ ਹੈਗੇ। ਨਾ ਮੈਂ ਜੇ ਮੈਂ ਆਪਣਾ ਬਣਾ ਲਵਾਂ ਇਹਨੂੰ ਸਿੱਖ ਬਣਾ ਲਵਾਂ ਜਿਸਮ ਦਾ, ਇਹ ਸਿੱਖ ਕੌਮ ਕਹਿ ਕੇ ਮੈਂ ਸਿੱਖ ਬਣ ਜਾਵਾਂ ਅਤੇ ਆਪਣੀ ਕੌਮ ਜੱਟ ਨੂੰ ਜਵਾਬ ਦੇ ਕੇ ਮੈਂ ਉਹ ਹਰਾਮੀ ਬੰਦਾ ਜਿਹੜਾ ਕੰਜਰੀਆਂ ਦੇ ਪੇਟ 'ਚ ਪੈਦਾ ਉਹਦੇ ਨਾਲ ਵੀ ਬਦ ਦਿੱਤਾ। ਉਹਨਾਂ ਨੂੰ ਕਹਿੰਦੇ ਸ਼ੰਕਰ ਵਰਨੀਏ, ਅਤੇ ਉਹਨਾਂ ਦਾ ਜਿਹੜਾ ਪਹਾੜ ਹੈਗਾ ਜਨੂਨੀਆਂ ਦਾ, ਉਹ ਹਜ਼ਰਤ ਮੁਹੰਮਦ ਸਾਹਿਬ ਨੇ ਉਹ ਇਬਰਾਹਿਮ ਨੇ ਨਾ ਉਹ ਦੱਸਿਆ ਹੈਗਾ। ਇਬਰਾਹਿਮ ਜਿਹੜਾ ਸੀ ਉਹ ਫਾਦਰ ਆਫ ਦੀ ਫੇਥਫੁਲ ਸੀਗਾ। ਅਤੇ ਆਹ ਹੈਗਾ ਨਕਸ਼ਾ, ਅਤੇ ਆਹ ਹੈਗਾ ਨਕਸ਼ਾ, ਇਹਦਾ ਥੱਲੇ ਹੈਗਾ ਲੇਕਿਨ ਇਹਦਾ ਇਹਦੇ ਮੇਰੇ ਵੀਡੀਓ ਦੇ ਵਿੱਚ ਹੈਗਾ, ਇਹਦਾ ਡਾਊਨਲੋਡ ਹੋ ਸਕਦਾ ਹੈਗਾ, ਉੱਥੋਂ ਕੱਢ ਸਕਦੇ ਹੈਗੇ। ਇਹ ਹੱਜ ਦਾ ਹੈਗਾ, ਆਦਮੀ ਇਨਸਾਨ ਕਿੱਦਾਂ ਬਣਦਾ ਹੈਗਾ ਆਪਣੇ ਪਿਓ ਦਾ, ਜਦੋਂ ਪਿਓ ਦਾ ਬਣੇਗਾ ਉਦੋਂ ਇਲਾ ਦਾ ਅਲ ਇਲਾ ਦਾ ਬਣੇਗਾ ਅੱਲਾ ਦਾ। ਅਤੇ ਜਿਹੜੀ ਇਹ ਹੁੰਦਾ ਸੀ 12 ਤੋਂ 16 ਸਾਲ ਦੇ ਮੁੰਡਿਆਂ ਲਈ ਹੁੰਦਾ ਸੀ, ਮੁੰਡੇ ਜਦੋਂ ਇਸਲਾਮ ਉਹ ਕਾਬਾ ਜਾਂਦੇ ਨੇ ਆਪਣੇ ਇਲਾ ਦੇ ਬਣਨ, ਉਹਦੇ 'ਚ ਅਜੇ ਇਮਾਨ ਆਉਂਦਾ ਕੱਚਾ ਨਾ ਪੱਕਾ ਦਿਲ 'ਚ ਨਹੀਂ ਆਉਂਦਾ। ਤਦੇ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਸੇ ਇਸਲਾਮਾ, ਸੇ ਕਹਿ ਇਸਲਾਮਾ, ਮੈਂ ਇਸਲਾਮ ਕਬੂਲ ਕੀਤਾ ਜਦੋਂ ਆਪਣੇ ਮੈਨੂੰ ਇਹ ਰੂਹ ਮਿਲੀ ਹੈਗੀ ਅੱਲਾ ਤੋਂ, ਅੱਲਾ ਤੋਂ ਰੂਹ ਮਿਲੀ ਮੈਨੂੰ, ਉਹ ਮੈਨੂੰ ਇਸ ਜਿਸਮ ਵਿੱਚ ਮਿਲੀ ਹੈਗੀ, ਅਤੇ ਇਸ ਦੀ ਜਿਹੜੀ ਰੂਹ ਦੀ ਪਛਾਣ ਹੈਗੀ ਇਸ ਜਿਸਮ ਨਾਲ ਹੈਗੀ, ਇਹ ਜਿਸਮ ਮੇਰਾ ਜੱਟ ਹੈਗਾ। ਇਸ ਕਰਕੇ ਜਿੰਨਾ ਚਿਰ ਮੈਂ ਆਪਣੇ ਪਿਓ ਦਾ ਨਹੀਂ ਬਣਦਾ ਆਪਣੀ ਅੱਲਾ ਦੀ ਪਛਾਣ ਨਹੀਂ ਲੋਕਾਂ ਨੂੰ ਦੱਸ ਸਕਦਾ, ਅੱਲਾ ਦਾ ਨਾਮ ਮੈਨੂੰ ਪਤਾ ਹੀ ਲੱਗਣਾ ਹੈਗਾ। ਕਿ ਉਹ ਕੱਚੇ ਜੇ ਕੱਚਾ ਪਿਓ ਨਹੀਂ ਬਣਦਾ ਤਾਂ ਪੱਕੇ ਦਾ ਕਿੱਦਾਂ ਬਣ ਜਾਣਾ, ਕੱਚੀ ਇੱਟ ਤੇ ਬਿਨਾਂ ਪੱਕੀ ਇੱਟ ਕਿੱਦਾਂ ਬਣ ਜਾਏਗੀ। ਇਸ ਕਰਕੇ ਇਹ ਜਿਹੜਾ ਇਸਲਾਮ ਹੈਗਾ ਸਤਿਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈਗਾ ਪਹਿਲੀ ਜਪਜੀ ਸਾਹਿਬ ਦੀ ਪੌੜੀ ਵਿੱਚ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ 'ਤੇ ਚੱਲਣਾ ਹੁੰਦਾ ਅੱਲਾ ਦੀ, ਉਹਨੂੰ ਕਹਿੰਦੇ ਇਨਸ਼ ਅੱਲਾ। ਇਹ ਜਿਹੜਾ ਹੈਗਾ ਨਾ ਮੁੱਲਾ ਦੇ ਫਤਵੇ ਕਹਿੰਦੇ, ਜਿਹੜੇ ਮੁੱਲਾ ਕਹਿੰਦਾ ਆਓ ਸ਼ਰੀਆ ਕਰੋ ਅਤੇ ਇੱਧਰ ਆਓ ਨਮਾਜ਼ ਪੜ੍ਹੋ ਅਤੇ ਉਹ ਕਰੋ, ਇਹ ਹੈਗਾ ਇਨਸ਼ਮੁੱਲਾ, ਸ਼ੈਤਾਨ ਦਾ ਇਸਲਾਮ ਹੈਗਾ। ਜਿਹੜਾ ਮੁਸਲਮਾਨ ਹੈਗਾ ਉਹ ਉਹਦੇ 'ਚ 4 ਕੁਆਲਿਟੀਜ਼ ਹੁੰਦੀਆਂ ਨੇ, ਹਜਾ ਸ਼ਰਮ, ਸੱਚ ਬੋਲੇ, ਸੰਤੋਖੀ ਹੋਵੇ ਅਤੇ ਦਇਆਵਾਨ। ਇਹ ਜਿਹੜੇ ਹੈਗੇ ਨੇ ਮੁਹੰਮਦਨ, ਇਹ ਤਾਂ ਕਿ ਚੱਪੇ ਚੱਪੇ ਦੇ ਕੂੜ ਉੱਥੇ ਬੋਲਦੇ ਨੇ ਝੂਠ, 99% ਜਿਹੜੇ ਝੂਠ ਬੋਲਦੇ, ਵਿੱਚੋਂ 1% ਚੰਗੇ ਹੈਗੇ ਨੇ। ਚੰਗੇ ਦੀ ਮਿਸਾਲ ਇਹ ਦਿੰਦਾ, ਮੈਂ ਇੱਕ ਮੇਰੇ ਫਾਦਰ ਹੋਏ ਹੁੰਦੇ ਸੀ ਇੰਸਪੈਕਟਰ ਹੁੰਦੇ ਸਕੂਲਾਂ ਦੇ, ਅਤੇ ਉਹ ਨਾ ਰਿਸ਼ਵਤ ਲੈਂਦੇ ਸੀ ਨਾ ਦਿੰਦੇ ਸੀ, ਅਤੇ ਜਿਹੜੇ ਚੰਗੇ ਮਾਸਟਰ ਸੀ ਉਹ ਖੁਸ਼ ਸੀਗੇ ਵੀ ਕੰਮ ਕਰੀਦਾ, ਮੁੰਡੇ ਵੀ ਪੜ੍ਹਦੇ ਨੇ ਉਹ ਵੀ ਸੀਸਾਂ ਦਿੰਦੇ ਨੇ, ਉਹਨਾਂ ਦੇ ਵਾਲਦੀਨ ਵੀ ਖੁਸ਼ ਹੈਗੇ ਨੇ ਕਿ ਸਾਡਾ ਮੁੰਡਾ ਹੁਸ਼ਿਆਰ ਹੈਗਾ, ਅਤੇ ਅੱਗੇ ਜਾ ਕੇ ਉਹ ਆਫਿਸਰ ਬਣਦੇ ਨੇ। ਅਤੇ ਦੂਏ ਮਾਸਟਰ ਹੁੰਦੇ ਸੀ ਉੱਥੇ 15-20 ਰੁਪਈਏ ਦੇ ਤੇ ਇੰਸਪੈਕਟਰ ਨੂੰ ਅਤੇ ਰਿਪੋਰਟ ਚੰਗੀ ਲਿਖਵਾ ਲਈ, ਹੋਰ ਇੱਦਾਂ ਖੁਸ਼ਾਮਦ ਕਰਕੇ ਉਹਦੀਆਂ, ਅਤੇ ਆਪ ਉਹ ਐਸ਼ਾ ਕਰਦੇ ਹੁੰਦੇ ਸੀ, ਕਦੀ ਸ਼ਹਿਰ ਆ ਗਿਆ ਕਦੀ ਉੱਧਰ ਚਲੇ ਗਏ, ਤਾਂ ਉਹਨਾਂ ਦੇ ਜਿਹੜੇ ਜ਼ਿਮੀਦਾਰ ਸੀਗੇ ਉਹਨਾਂ 'ਤੇ ਹਕੂਮਤ ਕਰਦੇ ਸੀਗੇ ਖਿਦਮਤ ਦੀ ਬਜਾਏ। ਫਾਦਰ ਨੇ ਕਿਹਾ ਖਿਦਮਤ ਕਰੋ, ਹਕੂਮਤ ਨਹੀਂ ਕਰਨ ਦੇਣੀ ਮੈਂ, ਤਾਂ ਉਹਨਾਂ ਨੂੰ ਡਿਮੋਟ ਕਰ ਦਿੱਤੇ 1942 ਵਿੱਚ ਇੰਸਪੈਕਟਰ ਸਕੂਲ, ਤੋਂ ਉਹਨਾਂ ਨੂੰ ਟੀਚਰ ਲਾ ਦਿੱਤਾ। ਫਿਰ ਰੰਜ ਤਾਂ ਬਹੁਤ ਆਇਆ ਉਹਨਾਂ ਨੂੰ, ਇੱਕ ਰਾਏ ਤਾਂ ਸੀਗਾ ਸ਼ੱਕ ਵੀ ਸ਼ਾਇਦ ਉਸ ਰਾਏ ਨੇ ਨਾ ਕਿਤੇ ਗਲਤ ਰਿਪੋਰਟ ਲਿਖੀ ਹੋਵੇ। ਅਤੇ ਉਹ ਉੱਥੇ ਮਿੰਟੂ ਵਰੀ ਜਿਹੜਾ ਮੁਸਲਿਮ ਲੀਗ ਦਾ ਸੀਗਾ ਪ੍ਰੈਜੀਡੈਂਟ, ਉਹ ਵੀ ਰਾਏ ਸੀ, ਅਤੇ ਉਸ ਰਾਏ ਨੇ ਉਸ ਰਾਏ ਮਾਸਟਰ ਨੂੰ ਬੁਲਾਇਆ ਘਰ ਆਪਣੇ, ਉਹਨੂੰ ਕਹਿੰਦਾ ਵੀ ਮੇਰੇ ਫਾਦਰ ਦੇ ਬਰਖਿਲਾਫ਼ ਰਿਪੋਰਟ ਲਿਖ ਦੇ,
ਕੋਈ ਚਿੱਠੀ ਲਿਖਦੇ ਵੀ ਇਹ ਠੀਕ ਨਹੀਂ ਹੈਗੇ, ਕੋਈ ਕੁਛ ਲਿਖਦੇ ਤੂੰ। ਉਹ ਕਹਿੰਦਾ ਮੈਂ ਕਿੱਦਾਂ ਲਿਖ ਰਿਹਾ, ਉਸ ਉਹਨਾਂ 'ਚ ਕੋਈ ਨੁਕਸ ਹੀ ਨਹੀਂ ਹੈਗਾ, ਉਹ ਤਾਂ ਚੰਗੇ ਆਦਮੀ ਨੇ, ਅੱਲਾਹ ਦੇ ਆਦਮੀ ਨੇ। ਉਹਨੂੰ ਗਾਲਾਂ ਕੱਢੀਆਂ ਉਹਨੇ ਵੀ ਲਿਖ ਤੂੰ। ਉਹ ਕਹਿੰਦਾ ਉਹਨੂੰ ਜਿਹੜਾ ਸੀਗਾ ਮੁਸਲਿਮ ਲੀਗ ਦਾ ਪ੍ਰੈਜੀਡੈਂਟ ਰਾਈ, ਕਹਿੰਦਾ ਮੈਂ ਤੇਰੇ ਇੱਥੇ ਇਮਾਨ ਵੇਚ ਜਾਵਾਂ, ਮੈਨੂੰ ਉੱਥੇ ਦੁਕਾਨ 'ਤੇ ਨਹੀਂ ਮਿਲ ਜਾਣਾ, ਉੱਥੇ ਖਰੀਦ ਨਹੀਂ ਲੈਣਾ ਮੈਂ। ਅਤੇ ਉਹ ਫਿਰ ਜਦੋਂ ਇੰਨਾ ਉਹਨੂੰ ਫਿਰ ਝਾੜਿਆ ਉਹਨੇ ਤਾਂ ਕੱਢ ਦਿੱਤਾ ਬਾਹਰ ਦਫ਼ਤਰੋਂ। ਉਹ ਫਿਰ ਫਾਦਰ ਕੋਲ ਆਇਆ ਦੱਸਣ ਵੀ ਆਹ ਜੀ ਮੈਨੂੰ ਕਹਿੰਦੇ ਸੀ ਅੱਜ। ਫਾਦਰ ਨੂੰ ਉਹਦੇ 'ਤੇ ਸ਼ੱਕ ਸੀਗਾ ਵੀ ਇਹਨੇ ਸ਼ਾਇਦ ਰਿਪੋਰਟ ਗਲਤ ਲਿਖੀ ਉਹਦੀ। ਜਦੋਂ ਉਹਨੇ ਸੁਣਾਈ ਇਹ ਗੱਲ ਬੜੇ ਖੁਸ਼ ਹੋਏ ਵੀ ਆਹ ਹੋਇਆ ਨਾ, ਮੁਸਲਮਾਨ ਇਹਨੂੰ ਕਹਿੰਦੇ ਨੇ। ਅਤੇ ਇਹ ਕੋਈ ਕੋਈ ਹੁੰਦਾ ਵਿਰਲਾ ਵਿਰਲਾ, ਕਾਫਰ ਬਹੁਤ ਹੈਗੇ ਨੇ। ਕਾਫਰਾਂ ਨੇ ਤੁਸੀਂ ਦੇਖਿਆ ਇਹ ਹੁਣ ਕੀ ਜਸ਼ਨ ਦਿਖਾਉਣੇ ਨੇ, ਅਤੇ ਇਹਨਾਂ ਨੂੰ ਤੁਸੀਂ ਜੋ ਕਰੇਗਾ ਸੋ ਭਰੇਗਾ। ਇਹਨਾਂ ਨੂੰ ਤੁਸੀਂ ਦੇਖਿਆ ਜੇ ਕਿੱਦਾਂ ਇਹ ਮਰਦੇ ਨੇ। ਅਤੇ ਆਪਣੇ ਜਿਹੜੇ ਜੱਟ ਹੈਗੇ ਨੇ ਸਾਡੇ ਪਾਕਿਸਤਾਨ ਵਿੱਚ, ਉਹ ਆਪਣੇ ਜੱਟ ਕਲਾਉਣ ਡੱਟ ਕੇ, ਕਿਉਂ ਜਿੰਨਾ ਚਿਰ ਉਹ ਜੱਟ ਅਤੇ ਕੱਚੇ ਪਿਓ ਜੱਟ ਦੇ ਨਹੀਂ ਬਣਦੇ, ਅੱਲਾਹ ਦੇ ਨਹੀਂ ਬਣ ਸਕਦੇ। ਜੇ ਕੋਈ ਲਾ ਇਲਾ ਕਹਿੰਦਾ ਉਹਨਾਂ ਨੂੰ ਕਹਿ ਦਿਓ ਤੁਸੀਂ ਬਾ ਇਲਾ ਕਹੋ, ਵੀ ਅਸੀਂ ਤਾਂ ਆਪਣੇ ਜੱਟ ਪਿਓ ਦੇ ਹੈਗੇ ਹਾਂ, ਫਿਰ ਹੀ ਪੱਕੇ ਪਿਓ ਦੇ ਬਣਾਂਗੇ ਨਾ। ਜੇ ਬੰਦੇ ਦੇ ਪੁੱਤਰ ਨਹੀਂ ਤਾਂ ਫਿਰ ਕਿੱਦਾਂ ਅੱਲਾਹ ਦੇ ਪੁੱਤਰ ਕਿੱਦਾਂ ਬਣ ਜਾਓਗੇ। ਜਿਹਨਾਂ ਦੀ ਕੌਮ ਨਹੀਂ ਹੈਗੀ ਨਾ, ਜਿਹੜੇ ਲੁਕਾਉਂਦੇ ਹੈਗੇ ਉਹ ਸ਼ੈਤਾਨ ਦੇ ਪੁੱਤਰ, ਉਹ ਅੱਲਾਹ ਦੇ ਨਹੀਂ। ਅੱਲਾਹ ਅੱਲਾਹ ਜਿੰਨਾ ਮਰਜ਼ੀ ਕਰੀ ਜਾ ਕੁਛ ਨਹੀਂ ਹੋਣਾ। ਇਸ ਕਰਕੇ ਜਿਹੜੀ ਉੱਥੇ ਮਸਜਿਦ ਹੈਗੀ ਨਾ ਕਾਬਾ, ਜਿਹਦਾ ਨਾਮ ਹੈ ਅਲ ਮਸਜਿਦ ਅਲ ਹਰਾਮ, ਉਹ ਬੱਚਿਆਂ ਲਈ ਹੋਣ ਕਰਕੇ ਇਹ ਹੱਜ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਕਿ ਉਹ ਜਾਣ ਉੱਥੇ ਮਸਜਿਦ ਵਿੱਚ ਵੜਨ, ਕਿ ਉਹਨਾਂ ਕੋਲ ਕੱਚਾ ਇਮਾਨ ਵੀ ਨਹੀਂ ਹੈ, ਨਹੀਂ ਤਾਂ ਪੱਕਾ ਕਿੱਦਾਂ ਲੈ ਲਉਂਗੇ। ਉਹ ਹੈਗੀ ਮੁਸਲਮਾਨਾਂ ਲਈ ਹੁੰਦੀ ਹੈਗੀ, ਪੱਕੇ ਇਮਾਨ ਵਾਲਿਆਂ ਲਈ। ਅਤੇ ਇਹ ਬੜਾ ਜਿਹੜਾ ਸਬਜੈਕਟ ਹੈਗਾ ਬੜਾ ਸਿੰਪਲ ਹੈਗਾ, ਦੁਨੀਆ ਦੇ ਮਗਰ ਨਾ ਨਾ ਚੱਲੋ, ਜੋ ਅੱਲਾਹ ਕਹਿੰਦਾ ਉਹ ਚੱਲੋ, ਉਹਦੀ ਰਜ਼ਾ ਚੱਲੋ, ਉਹਨੂੰ ਖੁਸ਼ ਕਰੋ ਅਤੇ ਸਭ ਕੁਛ ਮਿਲੇਗਾ। ਜੇ ਦੁਨੀਆ ਦੇ ਮਗਰ ਲੱਗ ਕੇ ਉਹਨਾਂ ਨੂੰ ਖੁਸ਼ ਕਰਨਾ, ਫਿਰ ਜਿੱਧਰ ਦੁਨੀਆ ਜਾਂਦੀ ਉੱਥੇ ਤੁਸੀਂ ਮਰੋਗੇ। ਉੱਥੇ ਸੋਲੀਟਰੀ ਲਈ ਹੁੰਦਾ, ਅੱਲਾਹ ਸੋਲੀਟਰੀ ਨੂੰ ਮਿਲਦਾ ਜਿਹੜਾ ਨਿਆਰਾ ਹੋਵੇ, ਜਿਹੜਾ ਨਿਆਰਾ ਨਹੀਂ ਹੈਗਾ ਉਹਨੂੰ ਅੱਲਾਹ ਨਹੀਂ ਮਿਲਦਾ। ਇਸ ਕਰਕੇ ਤੁਹਾਡੀ ਆਪਣੀ ਮਰਜ਼ੀ ਹੈਗੀ, ਅੱਲਾਹ ਲੈਣਾ ਨਿਆਰੇ ਬਣੋ, ਸ਼ੈਤਾਨ ਲੈਣਾ ਅਤੇ ਪਹਾੜ ਬਣੋ। ਜਿੱਦਾਂ ਆਹ ਪਹਾੜ ਇੱਥੇ ਬਣਾਇਆ ਨਾ, ਇਹ ਆਹ ਪਹਾੜ ਹੈਗਾ, ਆਹ ਜਿਹੜਾ ਹੈ ਨਾ ਸ਼ੈਤਾਨ ਅਲਜਮਾਰ ਅਲ ਅਕਸਾ ਦਾ ਪਹਾੜ ਹੈਗਾ। ਇਹ ਸ਼ੈਤਾਨ ਜਿਹੜਾ ਹੁੰਦਾ ਸੀ ਪਹਾੜੀ ਉੱਤੇ ਝੁਕਿਆ ਹੁੰਦਾ ਸੀ, ਉਹ ਹੁਣ ਪਹਾੜੀ ਹਟਾ ਕੇ ਅਤੇ ਇੱਦਾਂ ਦਾ ਬੁੱਤ ਬਣਾ ਦਿੱਤਾ ਹੁਣ ਉੱਥੇ। ਤੀਜਾ ਵੀ ਇਹ ਵੀ ਜਿਹੜਾ ਬੁੱਤ ਸੀ ਇਹਨੂੰ ਢਾਲ ਕੇ ਪਹਾੜੀ ਨੂੰ ਇੱਦਾਂ ਦਾ ਬਣਾ ਦਿੱਤਾ, ਉਹਦੀ ਜਿਹੜੀ ਅਹਿਮੀਅਤ ਹੀ ਜਾਂਦੀ ਰਹੀ ਵੀ ਉਹ ਕਾਹਦੇ ਲਈ ਹੈਗਾ, ਪਹਾੜੀ ਕਾਹਦੇ ਲਈ ਹੈਗੀ। ਪਹਾੜੀ ਹੈਗੀ ਜਨੂਨੀਆਂ ਦੇ ਪਹਾੜੀ ਹੈਗੀ, ਜਿੱਦਾਂ ਭਿੰਡਰਾਂ ਵਾਲੇ ਦੇ ਜਨੂਨੀ ਸੀਗੇ, ਆਪ ਵੀ ਮਰਿਆ ਅਤੇ ਦੂਜਿਆਂ ਨੇ ਮਰਵਾਇਆ। ਅਤੇ ਇਹ ਹੈਗਾ ਹਿਸਾਬ। ਅਤੇ ਬਾਕੀ ਜਿਹੜਾ ਹੈਗਾ ਸਬਜੈਕਟ ਮਜ਼ਹਬ ਦਾ ਬਹੁਤ ਆਸਾਨ ਹੈਗਾ, ਕੋਈ ਮੁਸ਼ਕਲ ਨਹੀਂ ਹੈਗਾ, ਪਰ ਤੁਹਾਨੂੰ ਨਿਆਰੇ ਬਣਨਾ ਪੈਣਾ, ਲੌਜੀਕਲ ਸਿੱਖਣਾ ਪੈਣਾ। ਲੌਜੀਕਲੀ ਲੌਜੀਕਲੀ ਦੀ ਐਂਡ ਪ੍ਰੋਡਕਟ ਹੁੰਦੀ ਲੋਗੋ, ਲੋਗੋ ਹੈਗਾ ਉਹਦਾ ਨਾਮ ਅੱਲਾਹ ਦਾ ਕਲਾਮ। ਅੱਲਾਹ ਪਾਰਬ੍ਰਹਮ ਅਤੇ ਐਲੋਹੀਮ ਇੱਕੋ ਚੀਜ਼ ਹੈਗੀ, ਅਤੇ ਬ੍ਰਹਮਾ ਨੇ ਆਹ ਪੈਦਾ ਕੀਤਾ, ਬ੍ਰਹਮਾ ਜਾਵੇ ਅਤੇ ਖੁਦਾ ਇੱਕ ਚੀਜ਼ ਹੈਗੀ, ਕੁਦਰਤ ਖੁਦਾਏ ਦੀ, ਨੂਰ ਅੱਲਾਹ ਦਾ। ਅੱਗੇ ਤੁਹਾਡੀ ਮਰਜ਼ੀ।